ਅੰਟਾਰੀਓ ਸਰਕਾਰ ਵੱਲੋਂ ਹਾਲ ਹੀ ਵਿੱਚ ਬਜਟ ਪੇਸ਼ ਕੀਤਾ ਗਿਆ ਸੀ ਜਿਸ ਵਿੱਚ ਹਰ ਵਰਗ ਨੂੰ ਧਿਆਨ ਵਿੱਚ ਰੱਖਦਿਆਂ ਕਈ ਅਹਿਮ ਐਲਾਨ ਕੀਤੇ ਗਏ ਨੇ। ਬਜ਼ੁਰਗਾਂ ਦੀ ਦੇਖਭਾਲ ਅਤੇ 25 ਸਾਲਾਂ ਤੱਕ ਦੇ ਉਮਰ ਵਰਗ ਲਈ ਮੁਫਤ ਦਵਾਈਆਂ ਦੇ ਨਾਲ ਨਾਲ ਸਾਲ 2020 ਤੋਂ 23 ਸਾਲ ਦੀ ਉਮਰ ਤੋਂ ਲੈ ਕੇ 4 ਸਾਲਾਂ ਤੱਕ ਦੀ ਉਮਰ ਤੱਕ ਫ੍ਰੀ ਡੇ ਕੇਅਰ ਵੀ ਮੁਹੱਈਆ ਕਰਵਾਈ ਜਾਏਗੀ। ਇਸ ਸੰਬੰਧੀ MPP ਦੀਪਿਕਾ ਡੈਮੇਲਾ ਨੇ ਮੀਡੀਆ ਨਾਲ ਖਾਸ ਗੱਲਬਾਤ ਕੀਤੀ। ਓਨਟੈਰੀਓ ਸਰਕਾਰ ਵੱਲੋਂ ਹਾਲ ਹੀ ਵਿੱਚ ਪੇਸ਼ ਕੀਤੇ ਗਏ ਬਜਟ ਵਿੱਚ ਵੀ ਕੇਅਰ ਦਾ ਨਾਰਾ ਮਾਰਦਿਆਂ ਕਈ ਅਹਿਮ ਐਲਾਨ ਕੀਤੇ ਗਏ ਨੇ, ਜਿਨ੍ਹਾਂ ਵਿੱਚ ਇੱਕ ਮੁੱਖ ਹੈ 2020 ਤੋਂ 23 ਸਾਲ ਤੋਂ ਲੈ ਕੇ 4 ਸਾਲ ਤੱਕ ਦੇ ਬੱਚਿਆਂ ਲਈ ਫ੍ਰੀ ਡੇ ਕੇਅਰ। ਇਸੇ ਸੰਬੰਧੀ ਜ਼ਿਆਦਾ ਜਾਣਕਾਰੀ ਦੇਣ ਲਈ MPP ਦੀਪਿਕਾ ਡਮੇਰਲਾ ਵੱਲੋਂ ਬੀਤੇ ਦਿਨੀ ਇੱਕ ਡੇ ਕੇਅਰ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ। 2020 से शुरू होगा ये नया प्रोग्राम, जहाँ की अगर आपका बच्चा बिटवीन द एज ऑफ 2.5 and 4 हो तो आपके लिए फ्री चाइल्ड केयर। तो अगर आज की तारीख में आप चाइल्ड केयर के लिए पैसे दे रहे हैं या रिलेटिव्स या फैमिली के साथ बच्चे को छोड़ रहे हैं, विच इज़ अ वेरी गुड ऑप्शन ऑलवेज, अभी एक ये ऑप्शन है कि आप बच्चे को अच्छी क्वालिटी की चाइल्ड केयर में कम्प्लीटली फ्री हो जाएगा बिटवीन द एजेस ऑफ 2.5 and 4। हमारा जो मुख्य विषय है इस इलेक्शन में, हम ये कह रहे हैं कि वी केयर, हम आपकी कदर करते हैं। देखिए, हम इंडियन फैमिलीज में, पाकिस्तानी फैमिलीज में, जहाँ भी हो, फैमिली इज़ वेरी इंपॉर्टेंट, एक दूसरे की हम कदर करते हैं। और उसी तरह ये हमारी सरकार का भी एक ये जिम्मेदारी होती है कि हम सारे ओंटेरियंस की कदर करें। ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ 23 ਸਾਲ ਤੋਂ ਲੈ ਕੇ ਕਿੰਡਰਗਾਰਟਨ ਜਾਣ ਦੀ ਉਮਰ ਦੇ ਬੱਚਿਆਂ ਨੂੰ ਮੁਫਤ ਕੇਅਰ ਪ੍ਰਦਾਨ ਕਰਨ ਲਈ $2.2 billion ਰੱਖੇ ਗਏ ਨੇ। ਕੈਮਰਾਮੈਨ ਦਪਿੰਦਰ ਰੰਧਾਵਾ ਦੇ ਨਾਲ ਰੁਪਿੰਦਰ ਕੌਰ, PDC ਨਿਊਜ਼, ਮਿਸਿਸਾਗਾ, ਕੈਨੇਡਾ।